ਪਾਕਿਸਤਾਨ ਦੇ ਵੀਜ਼ੇ ਸਾਨੂੰ ਮਿਲ ਗਏ ਆ। ਹਾਂਜੀ, ਤੇ ਹੁਣ ਇੱਕ ਮਹੀਨਾ ਪੂਰਾ ਆਪਾਂ ਲੈਂਦੇ ਪੰਜਾਬ 'ਚ ਹੀ ਰਹਿਣਾ, ਨਾਲੇ ਗੁਰਧਾਮਾਂ ਦੇ ਦਰਸ਼ਨ ਕਰਾਂਗੇ ਤੇ ਬਹੁਤ ਸਾਰੀਆਂ ਹੋਰ ਵੀ ਲੈਂਦੇ ਪੰਜਾਬ ਦੀਆਂ ਥਾਵਾਂ ਦੇਖਾਂਗੇ। ਟਾਈਟਲ ਥੰਬਨੇਲ ਤੁਸੀਂ ਵੇਖ ਹੀ ਲਿਆ ਹੋਣਾ ਵੀ ਅਸੀਂ ਦਿੱਲੀ ਚੱਲੇ ਹਾਂ ਅੰਬੈਸੀ ਵੀਜ਼ਾ ਲੈਣ, ਅਤੇ ਜਲੰਧਰ ਦੇ ਰੇਲਵੇ ਸਟੇਸ਼ਨ 'ਤੇ ਪਹੁੰਚ ਗਏ ਹਾਂ ਅਤੇ ਅੱਜ ਹੈਗਾ ਐਤਵਾਰ, ਰਸ਼ ਪੂਰਾ ਕਿਉਂਕਿ ਦੀਵਾਲੀ ਤੋਂ ਬਾਅਦ ਸਾਰੇ। ਆਹੋ, 3 ਤਰੀਕ ਆ, 3 ਨਵੰਬਰ, ਅਤੇ ਸਾਡੀ ਸ਼ਾਨੇ ਪੰਜਾਬ ਰੇਲ ਆਉਣੀ ਜਿਹੜੀ ਆਪਾਂ ਫੜਨੀ ਆ, 4:20 'ਤੇ ਆਉਣੀ ਆ ਉਹ, ਅਤੇ 4:00 ਮੈਨੂੰ 18 ਮਿੰਟ ਹੋ ਗਏ, ਪਰ 5-7 ਮਿੰਟ ਲੇਟ ਚੱਲ ਰਹੀ ਆ ਟ੍ਰੇਨ। ਇੰਨਾ ਕੁ ਤਾਂ ਹੋ ਹੀ ਜਾਂਦਾ, ਇਸ ਤੋਂ ਵੱਧ ਹੋ ਜਾਂਦਾ, ਇਹ ਤਾਂ ਨੋਰਮਲ ਜਿਹਾ ਹੀ ਆ। ਆਪਾਂ ਨੂੰ ਪਲੇਟਫਾਰਮ ਪਰਲੇ ਪਾਸੇ ਜਾਣਾ ਪੈਣਾ ਟੱਪ ਕੇ ਇੱਥੋਂ, ਉੱਥੋਂ ਚੜ੍ਹਦੇ ਹਾਂ ਪਰਲੇ ਪਾਸੇ ਚੱਲਦੇ ਹਾਂ ਪਲੇਟਫਾਰਮ ਨੰਬਰ 2 'ਤੇ। 2 ਨੰਬਰ ਪਲੇਟਫਾਰਮ 'ਤੇ ਆਪਾਂ ਉਤਰ ਰਹੇ ਹਾਂ ਅਤੇ ਸ਼ਾਨੇ ਪੰਜਾਬ ਆ ਵੀ ਗਈ ਹੈ, ਟਾਈਮਿੰਗ ਪੂਰੀ ਪੂਰੀ, ਰਸ਼ ਪੂਰਾ। ਖੈਰ, ਆਪਣੀਆਂ ਸੀਟਾਂ ਕਨਫਰਮ ਆ, D5 ਆ ਇਹ, D5 ਆ, ਆਪਾਂ 12 'ਚ ਜਾਣਾ, ਪਿੱਛੇ ਹੋਊਗਾ ਮੈਨੂੰ ਲੱਗਦਾ, ਨਹੀਂ ਅਗਲੇ ਪਾਸੇ ਆ, ਉੱਧਰ 4 ਆ, ਆਪਾਂ 12 'ਚ ਚੜ੍ਹਨਾ, ਅਤੇ ਆਪਣੇ ਨਾਲ ਇੱਕ ਹੋਰ ਜੋੜਾ ਚੜ੍ਹੂਗਾ ਪਰ ਉਹ ਅੱਗਿਓਂ ਚੜ੍ਹਨਾ। ਚੰਗਾ ਬਾਈ ਜੀ, ਬਾਬੇ ਬੈਠੇ ਆ। ਜਲੰਧਰੋਂ ਨਿਕਲਦਿਆਂ ਹੀ ਰੇਲ ਨੇ ਪੂਰੀ ਸਪੀਡ ਫੜ ਲਈ ਆ, ਅਤੇ ਜਲੰਧਰ ਛਾਉਣੀ ਵਾਲਾ ਸਟੇਸ਼ਨ ਸੀਗਾ, ਅਤੇ ਵੈਸੇ ਇਹਦਾ ਦਿੱਲੀ ਪਹੁੰਚਣ ਦਾ ਸਮਾਂ ਜਿਹੜਾ ਰਾਤ ਨੂੰ 10:30 ਆ, ਟਾਈਮ ਨੇ ਪਹੁੰਚ ਹੀ ਲੱਗਦਾ ਨਾ। ਵੈਸੇ ਸ਼ਾਨੇ ਪੰਜਾਬ ਨੇ ਕਦੇ ਸਾਨੂੰ ਲੇਟ ਨਹੀਂ ਕੀਤਾ, ਪਹਿਲਾਂ ਵੀ ਸਫ਼ਰ ਕੀਤਾ ਇਹਦੇ ਵਿੱਚ, ਟਾਈਮ 'ਤੇ ਹੀ ਹੁੰਦੀ ਆ। ਦਿੱਲੀ ਤੋਂ ਅੱਗੇ ਜਾ ਕੇ ਟ੍ਰੇਨਾਂ ਲੇਟ ਕਰਦੀਆਂ, ਦਿੱਲੀ ਤੱਕ ਤਾਂ ਟਾਈਮ 'ਤੇ ਪਹੁੰਚਾ ਦਿੰਦੀਆਂ। ਅਤੇ ਇੱਧਰ ਬਾਹਰ ਦੇਖੋ ਧੂੰਆਂ ਧੂੰਆਂ, ਦੀਵਾਲੀ ਤੋਂ ਬਾਅਦ ਦਾ ਨਜ਼ਾਰਾ ਸਾਫ਼ ਨਹੀਂ ਹੈ ਨਾ, ਸੂਰਜ ਵੀ ਪੂਰਾ ਦੇਖੋ ਕਿੱਦਾਂ ਆਇਆ ਨਾ, ਮੱਧਮ ਜਿਹਾ ਦੇਖ ਰਿਹਾ ਵਿਚਾਰਾ। ਰੇਲ ਪਹੁੰਚ ਗਈ ਆ ਰਾਜਪੁਰੇ 6:30 ਦੇਸ਼ ਪੁਆਧ ਦੀ ਧਰਤੀ 'ਤੇ ਸਵਾਗਤ ਹੈ, ਰਾਜਪੁਰਾ ਖੜਾ ਮਨਜੀਤ ਸਿੰਘ ਰਾਜਪੁਰਾ। ਆਹ ਜੇਠ ਦੇ ਪੈਰੀ ਹੱਥ ਲਾਉਣਾ ਜ਼ਰੂਰੀ ਹੈ, ਮੁਰਗੀ ਖੰਨਾ ਦੱਸਦਾ ਹੈ ਡੱਬੇ ਨੂੰ। ਤੁਸੀਂ ਮੋਹਾਲੀ ਪਹੁੰਚਾਉਣੇ ਆ, ਇਹ ਫਤਿਹ ਫੈਸ਼ਨ ਸਟੂਡੀਓ ਰਾਜਪੁਰੇ ਨੇ ਨਾ ਬਹੁਤ ਵਾਰੀ ਮੈਨੂੰ ਕਿਹਾ ਸੀਗਾ ਵੀ ਜਦੋਂ ਕਿਤੇ ਜਾਣਾ ਹੁੰਦਾ ਤੇ ਦਸਤਾਰ ਸਜਾਇਆ ਕਰ, ਪਰਨਾ ਬੰਨਿਆ। ਪਹਿਲਾਂ ਮੈਨੂੰ ਲੱਗਦਾ ਵੀ ਭਈਆ ਲੱਗਦਾ, ਚੱਲ ਕਹਿ ਲੈ ਕੋਈ ਨਾ ਕੋਈ ਨਾ, ਮਤਲਬ ਮੋਨਾ ਬੰਦਾ ਚੰਗਾ ਨਹੀਂ ਲੱਗਦਾ ਪੰਜਾਬ ਨਾਲ, ਬੰਦੇ ਨੌ ਸਿੰਘ ਹੈ ਬਿਲਕੁਲ, ਪੰਜਾਬ ਨੂੰ ਆਪਾਂ ਉਹ ਰਿਪ੍ਰੈਜ਼ੈਂਟ ਕਰਦੇ ਆ ਨਾ ਸਰਦਾਰ, ਬਾਕੀ ਗੱਲਾਂ ਬਾਅਦ, ਪਹਿਲਾਂ ਸਰਦਾਰ ਆ, ਮੈਂ ਕਿਹਾ ਪੱਗ ਤਾਂ ਹੈ ਨਹੀਂ, ਪੱਗ ਬਿਨਾਂ ਸਰਦਾਰ ਕੀ ਹੋ ਜਾਏਗਾ, ਸਹੀ ਹੈ, ਬਹੁਤ ਵਧੀਆ ਗੱਲ ਹੈ, ਹਾਂਜੀ, ਪੱਗ ਵਾਲਾ ਸਰਦਾਰ ਹੁੰਦਾ। ਹੋਰ ਫਿਰ ਕਿੱਦਾਂ, ਚੰਗਿਆੜੇ ਨਿਕਲਦੇ ਪੂਰੇ? ਮੈਂ ਪੂਰੇ ਨਜ਼ਾਰੇ ਆ। ਅੱਛਾ, ਮੈਂ ਨਾ ਯਾਰੇ ਹੁਣ ਦੁੱਧ ਮੈਂ ਨਹੀਂ ਰੋਜ ਰਿਹਾ, ਬੱਕਰੀਆਂ ਰੱਖੀ ਆ, ਸਾਰੇ ਕੰਮ ਕਰ ਲਏ, ਰੱਖ ਲਓ ਰੱਖ ਲਓ, ਅੱਜ ਕੱਲ੍ਹ ਬੱਕਰੀਆਂ ਕਾ ਬਹੁਤ ਵਧੀਆ ਮੌਸਮ ਹੈ, ਵਿਕਦੀਆਂ ਬਹੁਤ ਮਹਿੰਗੀਆਂ, ਅਤੇ ਦੁੱਧ ਵੀ ਬਹੁਤ ਵਧੀਆ ਮਿਲਦਾ, ਆਹ ਸੈੱਲ ਸੂਲ ਡਾਊਨ ਹੋ ਜਾਂਦੇ, ਦੁੱਧ ਵੀ ਵਧੀਆ ਵਿਕਦਾ ਨਾ, ਮੇਰੇ ਸੈੱਲ ਤਾਂ ਵੈਸੇ ਬੈਟਰੀ ਡਾਊਨ ਹੁੰਦੀ। ਕਿੱਧਰ ਜਾ ਰਹੇ ਤੁਸੀਂ? ਅਸੀਂ ਚੱਲੇ ਹਾਂ ਦਿੱਲੀ, ਵੀਜ਼ੇ ਲੈਣ ਚੱਲੇ, ਤੈਨੂੰ ਕਿੱਦਾਂ ਪਤਾ?
ਜਿਹੜਾ ਇੱਧਰ ਬੂਤਾ ਚੱਕਿਆ ਹੋਇਆ ਬਰਾਬਰ ਨੇ ਤਾਂ ਸਮਝ ਲੈ ਬੀਜੇ ਲੈਣ ਜਾ ਰਿਹਾ। ਸਹੀ ਆ, ਠੀਕ ਹੈ ਯਾਰ। ਇਹ ਪਰੇ ਸ਼ੂਟ ਨਹੀਂ ਬੈਠਣ ਵਾਲੀ ਆ, ਖੜੀ ਆ, ਬੈਠਣ ਵਾਲੀ ਆ। ਖੜੀਆਂ ਵਾਲੀਆਂ ਕਿਉਂ ਸੀਟਾਂ ਇੱਥੇ? ਪਹਿਲੀ ਵਾਰ ਟ੍ਰੇਨ ਵੇਖ ਰਿਹਾ ਤੂੰ? ਬੰਦੇ ਕਾਤੇ ਖੜੇ ਆ ਫਿਰ ਇੰਨੇ। ਓਏ ਦਿਵਾਲੀ ਦਾ ਕਰਕੇ ਰਸ਼ ਜ਼ਿਆਦਾ ਹੈ, ਦਿੱਲੀ ਜਾ ਰਹੇ ਹੁਣੇ ਰਸ਼ ਆ ਯਾਰ। ਰਾਜਪੁਰੇ ਵੀ ਚੰਗਾ ਰਸ਼ ਆ, ਅੱਗੇ ਕਦੀ ਵੀ ਇੰਨਾ ਰਸ਼ ਲਾਇਆ। ਮੈਂ ਮੇਰੇ ਦੇ ਦੁਬਾਰਾ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਮੇਰੇ ਦੁਬਾਰਾ, ਆਪਾਂ ਨੇ ਜਸ਼ਨ ਮਨਾ ਲਈਏ। ਲੋਕ ਕੈਨੇਡਾ ਅਮਰੀਕਾ ਦੇ ਮਨਾਉਂਦੇ ਆਪਾਂ ਪਾਕਿਸਤਾਨ ਦਾ ਤੇ ਲਾਇਆ ਹੋਰ। ਪਹਿਲਾਂ ਮੈਂ ਗਿਆ ਤਾਂ ਹੁਣ ਮੈਂ ਕਿਹਾ ਜਾ ਕੇ ਦੁਬਾਰਾ, ਠੰਡਾ ਮੌਸਮ ਪਹਿਲਾਂ ਗਰਮੀ ਮੈਂ ਚਲੇ ਗਿਆ। ਨਹੀਂ ਵਧੀਆ, ਤੁਸੀਂ ਆਏ ਆ ਦੋ ਵਾਰੀ? ਅਸੀਂ ਹਾਂਜੀ, ਮੈਂ ਇੱਕ ਵਾਰ ਇੱਧਰ, ਦੋ ਵਾਰ ਉਰੇ। ਪਤਾ ਨਹੀਂ ਕਿੱਥੇ ਭੇਟਾਂ ਨੇ ਰੀਤ ਬਣਾ ਲਈ, ਕਹਿੰਦੇ ਸਿਰਫ ਪਾਕਿਸਤਾਨ ਜਾ ਕੇ ਵੀਜ਼ਾ ਲੱਗਦਾ। ਸਹੀ ਗੱਲ, ਪਾਕਿਸਤਾਨ ਦੇ ਲੱਖਾਂ ਬੰਦੇ ਬਾਹਰ ਗਏ ਵੇ, ਆਹੋ ਇਹਦਾ ਮਤਲਬ ਸਾਰੇ ਖਤਮ ਹੀ ਹੈ। ਉਹੀ ਤਾਂ ਗੱਲ ਹੈ। ਚੱਲ ਠੀਕ ਹੈ, ਬਾਏ। ਠੀਕ ਹੈ, ਬਾਏ ਬਾਏ। ਦੇਖੀ ਬਾਈ ਲੰਘਣ ਨਹੀਂ ਮਾੜਾ ਜਿਹਾ। ਕਿੱਦਾਂ ਸੀਟਾਂ ਤੇ ਹੋ ਗਏ ਕਬਜ਼ੇ? ਹੋ ਗਏ। ਆਹੋ ਰਸ਼ ਬਹੁਤ ਆ ਨਾ, ਫਿਰ ਜਿੱਥੇ ਖਾਲੀ ਦੇਖਦੀ ਅਗਲੇ ਬਹਿ ਜਾਂਦੇ ਆ। ਆ ਜਾਓ ਬਾਈ ਬਾਹਰ ਨੂੰ। ਬਾਲਾ ਸਟੇਸ਼ਨ ਪਹੁੰਚ ਗਏ ਹਾਂ, ਅਤੇ ਇੱਥੋਂ ਆਪਾਂ ਆਪਣੇ ਨਾਲ ਦਿਆਂ ਨੂੰ ਲੈ ਲਈਏ। ਲੱਗਦਾ ਪਿਛਲੇ ਪਾਸੇ ਨਹੀਂ ਚੜ੍ਹ ਗਏ ਆ, ਵਿੱਚੋਂ ਪਤਾ ਲੱਗ ਜੂਗਾ। ਚੜ੍ਹ ਗਏ ਮੈਂ ਲੰਘਦੇ ਵੇਖ ਲਏ ਆ। ਅਤੇ ਪਿੱਛੇ ਆਪਾਂ ਰਾਜਪੁਰੇ ਸਟੇਸ਼ਨ ਤੋਂ ਰੁਕੇ ਸੀ, ਉੱਥੇ ਤਾਂ ਰੁਕੇ ਸੀ ਕਿਉਂਕਿ ਸੂਟ ਭੇਜਣੇ ਮੋਹਾਲੀ ਫਤਿਹ ਬੁਟੀਕ ਸਟੂਡੀਓ। ਮੇਰੀ ਭਾਬੀ ਉਹਨਾਂ ਨੇ ਨਵਾਂ ਕੰਮ ਸ਼ੁਰੂ ਕੀਤਾ ਆ, ਇਸ ਕਰਕੇ ਆਪਾਂ ਉਹਨਾਂ ਨੂੰ ਸੂਟ ਸੀਣ ਲੈ ਦਿੱਤੇ ਆ। ਭਾਜੀ ਹੁਣੀ ਮੋਹਾਲੀ ਪਹੁੰਚਾ ਦੇਣਗੇ, ਉੱਥੋਂ ਉਹਨਾਂ ਦੇ ਘਰ ਪਹੁੰਚ ਜਾਣਗੇ। ਅਤੇ ਜੇਕਰ ਮੇਰੀ ਕੋਈ ਬੀਬੀ ਭੈਣ ਸੂਟ ਸਮਾਉਣਾ ਚਾਹੁੰਦੀ ਆ ਤਾਂ ਮੇਰੀ ਭਾਬੀ ਦਾ ਸਮਾ ਸਕਦੀ ਆ। ਇੰਸਟਾਗ੍ਰਾਮ 'ਤੇ ਉਹਨਾਂ ਦਾ ਪੇਜ ਹੈਗਾ ਆ, ਫਤਿਹ ਬੁਟੀਕ ਸਟੂਡੀਓ, ਦੇਖ ਲਓ ਉੱਧਰ ਦੀ। ਵੇਖ ਕੇ ਆਹੀ ਆਪਣਾ ਡੱਬਾ ਇੱਧਰੋਂ ਦੀ, ਉਹ ਪਿੱਛੇ ਮੈਂ ਇੱਧਰੋਂ ਜਾਂਦੇ ਵੇਖੇ ਸੀਗੇ, ਪਹੁੰਚ ਗਏ ਹੁਣੇ ਆਪਣੀ ਸੀਟ 'ਤੇ। ਉਹ ਖੜ੍ਹੇ ਆ, ਆ ਗਏ ਆ ਗਏ। ਹੈਲੋ, ਆਹੀ ਆਹੀ ਆ ਆਹੀ ਆਹੀ ਆ, ਬਹਿ ਜਾਓ ਬਹਿ ਜਾਓ। ਸਾਢੇ 10 ਪਹੁੰਚ ਗਏ ਆਪਾਂ ਦਿੱਲੀ, ਤੇ ਵੇਖੋ ਕਿਆ ਮਾਹੌਲ ਆ। ਗ੍ਰੇਟਰ ਨੋਇਡਾ ਤੋਂ ਨਵੀਂ ਸਵੇਰ 'ਚ ਤੁਹਾਡਾ ਸਵਾਗਤ ਹੈ। ਅਤੇ ਜਿਵੇਂ ਤੁਸੀਂ ਵੇਖਿਆ ਵੀ ਕੱਲ੍ਹ ਅਸੀਂ ਰੇਲਵੇ ਸਟੇਸ਼ਨ ਉੱਤਰੇ ਸੀਗੇ ਆ ਕੇ, ਉਸ ਤੋਂ ਬਾਅਦ ਦੇ ਵਿੱਚ ਅਸੀਂ ਫਿਰ ਗ੍ਰੇਟਰ ਨੋਇਡਾ ਅਮਰਿੰਦਰ ਬਾਈ ਅਤੇ ਭੈਣ ਜੀ ਹੋਣਾਂ ਦੇ ਨਾਲ ਘਰ ਨੂੰ ਹੀ ਆ ਗਏ ਸੀਗੇ। ਕਰ ਲਓ ਪਿੱਛਣ ਥੋੜ੍ਹੀ ਜੀ। ਅਤੇ ਇਹ ਗ੍ਰੇਟਰ ਨੋਇਡਾ ਰਹਿੰਦੇ ਆ,
ਅਤੇ ਇੱਥੋਂ ਹੀ ਫਿਰ ਦਿੱਲੀ ਇਹਨਾਂ ਨੇ ਕੰਮ ਕਰ ਦੇ ਸਿਲਸਿਲੇ 'ਚ ਜਾਣਾ ਹੁੰਦਾ ਕਿਉਂਕਿ ਨੌਕਰੀ ਅਮਰਿੰਦਰ ਬਾਈ ਦੀ ਉੱਥੇ ਆ, ਹੈਲਥ ਡਿਪਾਰਟਮੈਂਟ 'ਚ ਨੇ, ਅਤੇ ਭੈਣ ਜੀ ਇੱਥੇ ਟੀਚਰ ਨੇ ਸਕੂਲ 'ਚ, ਉਹ ਇੱਥੇ ਨਾਲ ਹੀ ਆ ਸੈਕਟਰ ਉਹਦੇ 'ਚ ਜਾਂਦੇ ਆ। ਅਤੇ ਹੁਣ ਆਪਾਂ ਦਿੱਲੀ ਵੱਲ ਨੂੰ ਚੱਲੇ ਹਾਂ। ਓਕੇ, ਕੀ ਹਾਲ ਨੇ? ਬਹੁਤ ਵਧੀਆ ਜੀ, ਠੀਕ ਆ। ਹਾਂਜੀ ਹਾਂਜੀ। ਅਮਰਿੰਦਰ ਬਾਈ ਦਾ ਨਾ ਰੋਜ਼ ਇਹੀ ਸ਼ਡਿਊਲ ਹੁੰਦਾ ਕਿਉਂਕਿ ਦਿੱਲੀ ਜਾਣਾ ਹੁੰਦਾ। ਦਫ਼ਤਰ ਵੈਸੇ ਕਿੰਨਾ ਪੈਂਦਾ ਜੇ ਬਾਏ ਰੋਡ ਹੀ ਜਾਣਾ ਹੋਵੇ ਇੱਥੋਂ ਗ੍ਰੇਟਰ ਨੋਇਡਾ? ਪੈ ਜਾਂਦਾ 50 ਕਿਲੋਮੀਟਰ। 50 ਕਿਲੋਮੀਟਰ। ਅਤੇ ਇਹ ਕੀ ਕਰਦੇ ਆ, ਇਹ ਗੱਡੀ ਲੈ ਕੇ ਜਾਂਦੇ ਆ ਬੋਟੈਨੀਕਲ ਗਾਰਡਨ, ਮੈਟਰੋ ਸਟੇਸ਼ਨ ਹੁੰਦਾ ਇਹਨਾਂ ਨੂੰ ਇੱਥੇ, ਅਤੇ ਉੱਥੋਂ ਤੱਕ ਫਿਰ ਉੱਥੇ ਪਾਰਕ ਕਰ ਦਿੰਦੇ, ਫਿਰ ਉਦੋਂ ਗਾਂ ਮੈਟਰੋ 'ਤੇ ਜਾਂਦੇ ਆ। ਕਿਉਂਕਿ ਜੇ ਗੱਡੀ 'ਤੇ ਜਾਣਾ ਹੋਵੇ ਫਿਰ ਜਾਮ ਜੂਮ ਚੰਗਾ ਲੱਗਦਾ। ਫਿਰ 1.5 ਘੰਟਾ ਮੇਰਾ ਜਾਣ ਦਾ, 1.5 ਆਉਣ ਦਾ ਸਫ਼ਰ। ਅਤੇ ਮੇਰਾ ਸ਼ਡਿਊਲ ਪਿਛਲੇ 5-7 ਸਾਲਾਂ ਤੋਂ ਹਾਂ। ਅਤੇ ਮੰਨ ਲਓ ਜੇ ਸਾਰੇ ਤੌਰ ਗੱਡੀ ਤੱਕ ਜਾਣਾ ਹੋਵੇ, ਜੇ ਤੌਰ ਗੱਡੀ ਫਿਰ ਲਾ ਲਓ ਵੀ 3 ਘੰਟੇ ਲੱਗ ਜਾਣੇ ਇੱਕ ਬੰਦੇ ਨੂੰ ਇਹਨਾਂ ਦਾ। ਨਹੀਂ ਮਤਲਬ ਜੇ ਮੈਂ ਆਫਿਸ ਤੱਕ ਜਾਵਾਂ ਫਿਰ ਵੀ ਓਨਾ ਹੀ ਲੱਗੂਗਾ। ਅੱਛਾ, ਮੈਂ ਮੈਟਰੋ ਯੂਜ਼ ਕਰ ਲੈਂਦਾ ਅਤੇ ਕਿਉਂਕਿ ਟ੍ਰੈਫਿਕ ਮਿਲਦਾ ਦਿੱਲੀ ਦਾ, ਟ੍ਰੈਫਿਕ ਤੁਹਾਨੂੰ ਪਤਾ ਹੀ ਹੈ। ਉਹੀ ਤਾਂ ਹੀ ਮੈਂ ਕਹਿ ਰਿਹਾ ਵੀ ਮੈਟਰੋ ਦਾ ਕਰਕੇ ਟਾਈਮ ਬਚ ਜਾਂਦਾ ਹੈ ਨਾ। ਸਹੀ ਹੈ ਜੀ। ਤਾਂ ਹੁਣ ਅਸੀਂ ਸਾਰੇ ਬੋਟੈਨੀਕਲ ਉਤਰਾਂਗੇ, ਬੋਟੈਨੀਕਲ ਮੈਟਰੋ ਸਟੇਸ਼ਨ, ਅਤੇ ਉਦੋਂ ਫਿਰ ਆਪਾਂ ਇੱਕ ਹੋਰ ਲੇਨ ਚੇਂਜ ਕਰਨੀ ਹੈ ਮਯੂਰ ਵਿਹਾਰ ਤੋਂ, ਅਤੇ ਫਿਰ ਉਹ ਮਨ ਵੀ ਕਿਹੜਾ ਸੀਗਾ ਸਟੇਸ਼ਨ ਜਿੱਥੇ ਉਤਰਨਾ? ਮੋਤੀ ਬਾਗ। ਮੋਤੀ ਬਾਗ ਫਿਰ ਅੰਬੈਸੀਆਂ ਦੇ ਲਾਗੇ ਆ, ਫਿਰ ਉੱਥੋਂ ਆਪਾਂ ਅੰਬੈਸੀ ਚੱਲ ਜਾਣਾ। ਅਤੇ ਅਮਰਿੰਦਰ ਸਿੰਘ ਹਮੇਸ਼ਾ ਤਕਰੀਬਨ ਸਾਡੇ ਨਾਲ ਹੁੰਦਾ ਵੀ ਆਹ ਰੂਟ 'ਤੇ ਜਦੋਂ ਅਸੀਂ ਵੀਜ਼ੇ ਲੈਣ ਆਉਣਾ ਹੁੰਦਾ। ਤਕਰੀਬਨ ਪੰਜਾਬ ਦੇ ਸਾਰੇ ਨੌਜਵਾਨ ਨੇ, ਉਹਨਾਂ ਨੂੰ ਏਅਰਪੋਰਟ 'ਤੇ ਛੱਡਣਾ, ਲਿਆਉਣਾ, ਹਾਂ, ਤੇ ਉਹਨਾਂ ਦੇ ਨਾਲ ਹੀ ਹੁੰਦਾ, ਨਾਲ ਹੀ ਹੁੰਦਾ। ਮੈਨੂੰ ਖੁਸ਼ੀ ਹੁੰਦੀ ਹੈ ਮਤਲਬ ਕਿ ਮੋਰਓਵਰ ਇਹ ਲੱਕੀ ਸਾਬਤ ਹੁੰਦਾ ਵੀਜ਼ੇ ਮਿਲ ਜਾਂਦੇ ਆ ਹਮੇਸ਼ਾ, ਸੱਚੀ ਇਹ ਫਿਰ ਆਉਂਦਾ ਹੁੰਦਾ ਵੀ ਅੱਛਾ ਤੁਹਾਨੂੰ ਮੇਰੇ ਨਾਲ ਗਏ, ਇੰਨੇ ਵੀਜ਼ੇ ਮਿਲੇ, ਹੁਣ ਗਾਂਹ ਮੇਰੇ ਲਈ ਉਹ ਮਤਲਬ ਇੱਕ ਹੁੰਦਾ ਨਾ ਵੀ ਡੱਬਾ, ਇੱਕ ਖੁਸ਼ੀ ਦਾ ਹੁੰਦਾ, ਇੱਕ ਹੁੰਦਾ ਵੀ ਮੈਨੂੰ ਮੰਨੋ ਬਾਬੇ ਦੀ ਤਰ੍ਹਾਂ, ਉਹ ਕਹਿੰਦਾ ਹੁੰਦਾ ਹੈ ਕਈ ਵਾਰ ਹਾਸੇ 'ਚ। ਅਤੇ ਨਹੀਂ ਇਹ ਸਭ ਗੁਰੂ ਸਾਹਿਬ ਦੀਆਂ ਖੇਡਾਂ ਨੇ। ਹਾਂ ਸਹੀ ਗੱਲ, ਬਿਲਕੁਲ ਜੀ, ਆਪਣੇ ਹੱਥ ਵਸ ਕੀ ਹੈ ਨਾ। ਬਿਲਕੁਲ, ਚੱਲ ਆਪਾਂ ਇੱਦਾਂ ਕਹਿ ਸਕਦੇ ਹੁੰਦੇ ਹਾਂ, ਆਪਾਂ ਕਹਿ ਦਿੰਦੇ ਵੈਸੇ ਪਿੰਡਾਂ 'ਚ ਵੀ ਉਹਦਾ ਮੱਥਾ ਵਧੀਆ ਹੈ, ਹਨਾ, ਮੱਥਾ ਮਤਲਬ ਵੀ ਉਹ ਚੰਗਾ ਸਾਡੇ ਲਈ। ਤੁਸੀਂ ਦੂਜਿਆਂ ਦਾ ਵਧੀਆ ਸੋਚਦੇ ਹੋ, ਭਲਾ ਸੋਚਦੇ ਹੋ ਨਾ, ਬਿਲਕੁਲ, ਤੁਹਾਡੇ ਅੰਦਰ ਈਰਖਾ ਨਹੀਂ ਕਿਸੇ ਨੂੰ ਲੈ ਕੇ, ਸਹੀ ਹੈ, ਮਨ ਨਿਰਮਲ ਹੈ। ਹਾਂ, ਤੇ ਕੁਦਰਤ ਮਤਲਬ ਇਹ ਰੂਲ ਹੈ ਕੁਦਰਤ ਦਾ, ਮਤਲਬ ਫਿਰ ਉਹ ਤੁਹਾਡਾ ਸਾਥ ਦਿੰਦੀ ਹੈ, ਉਹ ਰਿਵਾਰਡ ਦਿੰਦੀ ਹੈ, ਰਿਵਾਰਡ ਦਿੰਦੀ ਹੈ। ਜਿਵੇਂ ਦੀ ਤੁਸੀਂ ਕਿਸੇ ਨਾਲ ਕਿਸੇ ਬਾਰੇ ਸੋਚੋਗੇ ਉਹ ਵਾਪਸ ਤੁਹਾਡੇ ਕੋਲ ਆਉਣਾ ਹੀ ਆਉਣਾ। ਜਿੰਨਾ ਵੀ ਸੋਚ ਲਓ ਤੁਸੀਂ, ਕੁਛ ਕਰ ਲਓ, ਬਿਲਕੁਲ ਉਹ ਵਾਪਸ ਆਉਣਾ। ਜੇ ਭਲਾ ਕਰੋਗੇ ਭਲਾ ਵਾਪਸ ਆਉਣਾ, ਮਾੜਾ ਕਰੋਗੇ, ਕਿਸੇ ਨੂੰ ਮਨ ਤੋਂ ਦੁੱਖ ਦੋਗੇ, ਉਹ ਦੁੱਖ ਤੁਹਾਡੇ ਕੋਲ ਵੀ ਆਉਂਦਾ ਹੀ ਆਉਣਾ। ਹਾਂ ਸਹੀ ਗੱਲ ਹੈ। ਤੇ ਬਹੁਤ ਸਿਆਣੀਆਂ ਅਸੀਂ ਗੱਲਾਂ ਕਰ ਰਹੇ ਹਾਂ, ਤੇ ਇੱਧਰ ਰੋਡ ਦਾ ਟ੍ਰੈਫਿਕ ਵੀ ਵੇਖ ਲਓ ਵੀ, ਇਹ ਤਾਂ ਹੱਲੇ ਰਨਿੰਗ ਜਿਹਾ, ਗਾਂਹ ਜਦੋਂ ਦਿੱਲੀ 'ਚ ਐਂਟਰ ਹੋਣਾ ਨਾ ਇਹੀ ਫਿਰ ਜਾਮ ਬਣਦਾ, ਕਿਉਂਕਿ ਸਵੇਰੇ ਨੌਕਰੀ ਪੇਸ਼ੇ ਵਾਲੇ ਲੋਕ ਜਾਂਦੇ ਆ ਅਤੇ ਸ਼ਾਮ ਨੂੰ ਆਉਂਦੇ ਆ, ਇਸੇ ਕਰਕੇ ਰਸ਼ੀ ਰਹਿੰਦੀ ਹੈ, ਅਤੇ ਮੈਟਰੋ ਫਿਰ ਵਾਹਵਾ ਸੈੱਟ ਰਹਿੰਦਾ ਮੈਟਰੋ ਨਾਲ ਕੰਮ। ਮੈਟਰੋ ਸਟੇਸ਼ਨ ਪਹੁੰਚਣ ਹੀ ਵਾਲੇ ਹਾਂ, ਅਤੇ ਵਿੱਚ ਵਿੱਚ ਜਾਮ ਵੀ ਵਾਹਵਾ ਆਉਂਦਾ, ਅਤੇ ਉਹ ਸਾਹਮਣੇ ਜਿਹੜੀਆਂ ਇਮਾਰਤਾਂ ਦਿਖ ਰਹੀਆਂ ਉਹ ਧੁੰਦਲੀਆਂ ਜਿਹੀਆਂ, ਇਸ ਕਰਕੇ ਨਹੀਂ ਆ ਵੀ ਬੱਦਲਾਂ ਨੂੰ ਛੂੰਹਦੀਆਂ, ਉਹ ਸਗੋਂ ਇਸ ਕਰਕੇ ਧੁੰਦਲੀਆਂ ਵੀ ਪਟਾਕਾ ਬਹੁਤ ਚੱਲਿਆ, ਅਸੀਂ ਤਾਂ ਅਸੀਂ ਫੇਰੀ ਪਈ ਇਹਨਾਂ ਨੇ ਪੂਰੀ ਇੱਥੇ, ਅਤੇ ਸਾਰਾ ਧੁੰਦਲਾ ਹੀ ਕੀਤਾ ਪਿਆ ਆਲਾ ਦੁਆਲਾ। ਉਂਝ ਹਮੇਸ਼ਾ ਪੰਜਾਬ ਦਾ ਕਿਹਾ ਜਾਂਦਾ ਸੀ ਨਾ ਵੀ ਪਰਾਲੀ ਨੂੰ ਅੱਗ ਲੱਗਦੀ ਹੈ, ਵੀ ਤਾਂ ਕਰਕੇ ਉਹ ਇੱਥੇ ਪੋਲਿਊਸ਼ਨ ਪਹੁੰਚ ਜਾਂਦਾ, ਧੂੰਆਂ ਪਹੁੰਚਦਾ, ਪਰ
ਐਤਕੀ ਸੁਣਨ 'ਚ ਆਇਆ ਵੀ ਇੱਥੇ ਬਹੁਤ ਜ਼ਿਆਦਾ ਪਟਾਕਾ ਚੱਲਿਆ। ਮੇਨ ਗੇਟ ਆ ਗਿਆ ਅਤੇ ਇੱਧਰ ਅੰਬੈਸੀ। ਨਵੀਂ ਦਿੱਲੀ ਤੋਂ ਇੱਕ ਵਾਰ ਫਿਰ ਪਰ ਪੁਰਾਣੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਅਤੇ ਅੱਜ ਅਸੀਂ ਬਾਏ ਰੋਡ ਦਿੱਲੀ ਆਏ ਹਾਂ ਅਤੇ ਪਿਛਲਾ ਕਲਿੱਪ ਜਿਹੜਾ ਤੁਸੀਂ ਵੇਖਿਆ ਹੋਣਾ ਉਹਦੇ ਵਿੱਚ ਆਪਾਂ ਪਾਕਿਸਤਾਨ ਅੰਬੈਸੀ ਆਏ ਸੀਗੇ ਵੀਜ਼ਾ ਲੈਣ, ਪਰ ਔਫੀਸਰ ਹੈ ਨਹੀਂ ਸੀਗੇ ਜਿਹੜੇ ਵੀਜ਼ਾ ਇਸ਼ੂ ਕਰਦੇ ਨੇ। ਸੋ ਅੱਜ ਹੁਣ ਬਾਏ ਰੋਡ ਦੁਬਾਰਾ ਆ ਕੇ ਆਪਾਂ ਉਹ ਪਾਸਪੋਰਟ ਆਪਣੇ ਕਲੈਕਟ ਕਰਨਾ ਹੈ ਕਿਉਂਕਿ ਉਸ ਦਿਨ ਪਾਸਪੋਰਟ ਆਪਾਂ ਦੇ ਗਏ ਸੀਗੇ। ਪਿਛਲੀ ਵਾਰ ਅਸੀਂ ਟ੍ਰੇਨ 'ਚ ਆਏ ਸੀਗੇ, ਹਾਂਜੀ, ਅਤੇ ਅੱਜ ਹੁਣ ਅਸੀਂ ਬਾਏ ਰੋਡ ਆਏ ਹਾਂ ਅਤੇ ਅੱਜ ਵੀ ਉਸੇ ਤਰ੍ਹਾਂ ਦਾ ਪੋਲਿਊਸ਼ਨ ਆ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਸੀਗਾ। ਹਾਂਜੀ, ਐਨ ਧੂੰਆਂ ਹੋਇਆ ਪਿਆ, ਉਦੋਂ ਵੀ ਆਪਾਂ ਦਿਖਾਇਆ ਸੀਗਾ ਕਿ ਬਹੁਤ ਜ਼ਿਆਦਾ। ਉਦੋਂ ਤਾਂ ਦੀਵਾਲੀ ਦੇ ਨੇੜੇ ਸੀ, ਹੁਣ ਤਾਂ ਕੁਝ ਦਿਨ ਪੈ ਗਏ ਦੀਵਾਲੀ 'ਚ, ਹੋ ਗਏ ਆ, ਪਰ ਇਹ ਪੋਲਿਊਸ਼ਨ ਇੱਦਾਂ ਹੀ ਰਹਿਣਾ ਹੁਣ ਸਾਰਾ ਸਿਆਲ ਹੀ ਤਕਰੀਬਨ ਇੱਥੇ, ਇਸ ਤੋਂ ਵੱਧ ਵੀ ਸਕਦਾ ਕਿਉਂਕਿ ਟ੍ਰੈਫਿਕ ਦਾ ਪੋਲਿਊਸ਼ਨ ਆ। ਮੀਂਹ ਪਊਗਾ ਤਾਂ ਥੋੜ੍ਹਾ ਸਾਫ਼ ਹੋ ਜਾਊਗਾ, ਨਹੀਂ ਤਾਂ ਫਿਰ ਇੱਦਾਂ ਹੀ ਰਹਿਣਾ। ਅਤੇ ਦਿੱਲੀ ਉਹਨਾਂ ਦੇ ਗੇੜੇ ਵੱਜਦੇ ਹੀ ਰਹਿੰਦੇ ਆ ਜਿਹੜੇ ਸਫ਼ਰਾਂ 'ਤੇ ਰਹਿੰਦੇ ਆ। ਬਿਲਕੁਲ ਜੀ, ਅੰਬੈਸੀਆਂ ਤੋਂ ਵੀਜ਼ੇ ਲੈਣ ਆਉਣਾ ਜਾਂ ਫਿਰ ਵੈਸੇ ਇੱਥੋਂ ਜੇ ਚੜ੍ਹਨਾ ਜਦੋਂ ਕਿਤੇ ਜਾਣਾ ਵੀ ਹੈ ਇੰਡੀਆ ਦੇ ਵੀ ਹੋਰ ਕਿਸੇ ਪਾਸੇ ਜਾਣਾ ਆ ਜਾਂ ਬਾਹਰ ਵੀ ਜਾਣਾ ਆ, ਬਿਲਕੁਲ, ਤਾਂ ਦਿੱਲੀ ਆਉਣਾ ਹੀ ਪੈਂਦਾ, ਦਿੱਲੀ ਆਉਣਾ ਹੀ ਪੈਣਾ। ਦਿੱਲੀ ਨਾਲ ਵਾਹ ਆ, ਰਿਸ਼ਤਾ ਵਾ, ਚੰਗਾ ਬਣਿਆ ਹੋਇਆ ਆ। ਸਹੀ ਗੱਲ ਆ। ਯਾਰ ਆਪਾਂ ਪਹੁੰਚਦੇ ਹਾਂ ਵੈਸੇ, ਬਸ 10 ਕੁ ਮਿੰਟਾਂ ਤੱਕ ਪਹੁੰਚ ਜਾਣਾ। ਪਾਸਪੋਰਟ ਸਾਨੂੰ ਮਿਲ ਗਏ ਆ ਜੀ ਤੇ ਵੀਜ਼ੇ ਲੱਗ ਗਏ ਪਾਕਿਸਤਾਨ ਦੇ। ਇਸ ਵਾਰ ਆਪਾਂ 30 ਦਿਨ ਰਵਾਂਗੇ, 30 ਦਿਨ ਦਾ ਵੀਜ਼ਾ ਮਿਲਿਆ ਇਹ। ਹਾਂਜੀ, ਤੇ ਪਿਛਲੀ ਵਾਰ ਸਾਨੂੰ 10 ਦਿਨ ਦਾ ਵੀਜ਼ਾ ਸੀ ਕਿਉਂਕਿ ਉਹ ਪਿਲਗ੍ਰਿਮ ਵੀਜ਼ਾ ਸੀਗਾ ਤੇ ਉਹ 10 ਦਿਨ ਦਾ ਹੀ ਮਿਲਦਾ ਆ। ਬਿਲਕੁਲ, ਤੇ ਇਹ ਵਾਲਾ 90 ਦਿਨਾਂ ਲਈ ਵੈਲਿਡ ਹੁੰਦਾ, 90 ਦਿਨਾਂ ਦੇ ਵਿੱਚ ਕਦੋਂ ਵੀ ਐਂਟਰ ਹੋ ਕੇ 30 ਦਿਨ ਆਪਾਂ ਰਹਿ ਸਕਦੇ ਹੁੰਦੇ ਆ ਤੇ ਗੁਰਧਾਮਾਂ ਦੇ ਵੀ ਦਰਸ਼ਨ ਕਰਾਂਗੇ ਤੇ ਨਾਲੇ ਹੋਰ ਲੈਂਦੇ ਪੰਜਾਬ ਦੀਆਂ ਥਾਵਾਂ ਵੇਖਾਂਗੇ, ਪਿੰਡ ਵੇਖਾਂਗੇ, ਉਹਨਾਂ ਦਾ ਕਲਚਰ, ਹਾਂ, ਸਾਰੀਆਂ ਚੀਜ਼ਾਂ, ਮਤਲਬ ਬਹੁਤ ਸਾਰੀਆਂ ਚੀਜ਼ਾਂ, ਕੁਛ ਵਿੱਦਿਅਕ ਅਦਾਰੇ ਵੀ ਆ, ਕੁਝ ਸੱਜਣ ਵੀ ਆ ਜਿਨ੍ਹਾਂ ਨੂੰ ਮਿਲਣਾ ਆਪਾਂ ਤੇ, ਪਰ ਅਸੀਂ ਗੁਰਪੁਰਬ 'ਤੇ ਨਹੀਂ ਜਾ ਸੋਣਾ ਸਾਡੇ ਕੋਲੋਂ। ਉਹਦਾ ਕਾਰਨ ਇਹ ਆ ਵੀ ਮੇਰੇ ਨਾਨੀ ਜੀ ਚੜ੍ਹਾਈ ਕਰ ਗਏ ਤੇ ਉਹਨਾਂ ਦੇ ਹੁਣ ਭੋਗ ਤੋਂ ਬਾਅਦ 'ਚ ਹੀ ਅਸੀਂ ਜਾਣਾ। ਨਹੀਂ ਤਾਂ ਕਿਉਂਕਿ ਗੁਰਪੁਰਬ 'ਤੇ ਹੀ ਅਸੀਂ ਸੀਗਾ ਸਾਡਾ ਕਿ ਅਸੀਂ ਗੁਰਪੁਰਬ 'ਤੇ ਜਾਵਾਂਗੇ, ਪਰ ਜਦੋਂ ਜੋ ਵਾਹਿਗੁਰੂ ਨੂੰ ਮਨਜ਼ੂਰ ਹੋਣਾ ਆ ਉਦੋਂ ਹੀ ਜਾ ਹੋਣਾ ਆ ਅਤੇ ਇਸ ਕਰਕੇ ਹੁਣ ਅਸੀਂ ਗੁਰਪੁਰਬ ਤੋਂ ਬਾਅਦ ਜਾਣਾ ਆ ਕਿਉਂਕਿ ਵੀਜ਼ੇ ਤਾਂ ਸਾਡੇ ਕੋਲ ਖੈਰ ਆਏ ਹੀ ਪਏ ਆ, ਆ ਗਏ ਨੇ। ਹਾਂਜੀ, ਅਤੇ ਬਹੁਤ ਸਾਰੇ ਸੱਜਣ ਸਾਡੇ ਕੋਲੋਂ ਹੁਣ ਵੀ ਸਾਨੂੰ ਮੈਸੇਜ ਆਉਂਦੇ ਰਹਿੰਦੇ, ਚਾਹੇ ਅਸੀਂ ਪਿਛਲੇ ਸਾਲ ਅਪ੍ਰੈਲ ਦੇ ਵਿੱਚ ਗਏ ਸੀਗੇ ਅਤੇ ਉਹ ਪੁੱਛਦੇ ਆ ਵੀ ਕਿਵੇਂ ਜਾ ਸਕਦੇ ਹਾਂ, ਵੀਜ਼ਾ ਕਿਵੇਂ ਮਿਲਦਾ, ਅਤੇ ਅਸੀਂ ਉਹਨਾਂ ਨੂੰ ਗਾਈਡ ਵੀ ਕਰਦੇ ਰਹੇ ਹਾਂ ਅਤੇ ਨੰਬਰ ਵੀ ਦਿੰਦੇ ਰਹੇ ਹਾਂ ਉਸ ਸੰਸਥਾ ਦਾ ਜਿਹਦੇ ਥਰੂ ਅਸੀਂ ਗਏ ਸੀ ਕਿਉਂਕਿ ਅਸੀਂ ਖਾਲੜਾ ਮਿਸ਼ਨ ਵਾਲਿਆਂ ਤੋਂ ਲਵਾਇਆ ਸੀ। ਹਾਂਜੀ, ਅਤੇ ਉਹਦੇ 'ਚ ਹੁੰਦਾ ਕਿ ਪਿਲਗ੍ਰਿਮ ਵੀਜ਼ਾ 10 ਦਿਨ ਦਾ ਹੀ ਮਿਲਣਾ ਅਤੇ ਵਿਜ਼ਟਰ ਵੀਜ਼ਾ 30 ਦਿਨ ਦਾ ਹੁੰਦਾ ਆ, ਆਪਾਂ 30 ਦਿਨ ਉੱਥੇ ਰੁਕ ਸਕਦੇ ਹਾਂ, ਉੱਦਾਂ 90 ਦਿਨ ਦਾ ਹੁੰਦਾ ਆ ਜੀ, ਪਰ ਜ਼ਿਆਦਾਤਰ ਸਾਰਿਆਂ ਨੂੰ ਆਪਣੇ ਜਿਵੇਂ ਪਤਾ ਹੀ ਆ ਕਿ ਪਿਲਗ੍ਰਿਮ ਵੀਜ਼ਾ ਹੀ ਦਿੱਤਾ ਜਾਂਦਾ, ਅਤੇ ਜੇਕਰ ਤੁਸੀਂ ਵਿਜ਼ਟਰ ਵੀਜ਼ਾ ਲੈਣਾ ਆ ਤਾਂ ਉੱਧਰੋਂ ਕੋਈ ਸਪੋਂਸਰ ਜਦੋਂ ਭੇਜੇਗਾ
ਤੇ ਉਹ ਤੇ ਆਪਾਂ ਮਤਲਬ ਉੱਥੇ ਐਮਬੈਸੀ ਚ ਸਬਮਿਟ ਕਰਵਾ ਸਕਦੇ ਆ ਸੇਮ ਉਸੇ ਪ੍ਰੋਸੈਸ ਨਾਲ ਜਿਵੇਂ ਆਪਾਂ ਹੋਰ ਕੰਟਰੀਜ਼ ਤੋਂ ਆਪਾਂ ਨੂੰ ਕੋਈ ਸਪਾਂਸਰ ਕਰਦਾ ਤੇ ਆਪਾਂ ਕਾਗਜ਼ ਪੱਤਰ ਤਿਆਰ ਕਰਕੇ ਐਮਬੈਸੀ ਜਾਂਦੇ ਆ ਬਾਕੀ ਐਮਬੈਸੀ ਤੇ ਡਿਪੈਂਡ ਕਰਦਾ ਵੀ ਉਹਨੇ ਵੀਜ਼ਾ ਦੇਣਾ ਕਿ ਨਹੀਂ ਉਹ ਸੇਮ ਪਾਕਿਸਤਾਨ ਵਾਲੀ ਐਮਬੈਸੀ ਤੇ ਵੀ ਐਵੇਂ ਉਹ ਮਤਲਬ ਡੀਲ ਕਰਦੇ ਹਾਂਜੀ ਪਰ ਉਹ ਵੀਜ਼ਾ ਜਿਹੜਾ ਵਿਜ਼ਟਰ ਵੀਜ਼ਾ ਉਹ ਆ 1-2 ਦਿਨ ਦੇ ਵਿੱਚ ਹੀ ਜਾਂਦਾ ਆ ਤੇ ਪਿਲਗ੍ਰਿਮ ਵੀਜ਼ੇ ਲਈ ਤੁਹਾਨੂੰ 2-2.5 ਮਹੀਨੇ ਪਹਿਲਾਂ ਪਾਸਪੋਰਟ ਸੰਸਥਾਵਾਂ ਨੂੰ ਦੇਣੇ ਪੈਂਦੇ ਆ ਜਿਵੇਂ SGPC ਆ ਅਸੀਂ ਝਬਾਲ ਤੋਂ ਲਵਾਇਆ ਸੀ ਝਬਾਲ ਤੋਂ ਖਾਲੜਾ ਮਿਸ਼ਨ ਵਾਲੇ ਨੇ ਵਿੱਕੀ ਫੋਟੋ ਸਟੂਡੀਓ ਆ ਤੁਸੀਂ ਉੱਥੇ ਪਹੁੰਚ ਕੇ ਉਹਨਾਂ ਨਾਲ ਰਾਬਤਾ ਕਰ ਸਕਦੇ ਹੋ ਉਹਨਾਂ ਦਾ ਆਪਾਂ ਨੰਬਰ ਵੀ ਦੇ ਦਾਂਗੇ ਕਿਉਂਕਿ ਹਾਲੇ ਵੀ ਬਹੁਤ ਸਾਰੇ ਮੈਸੇਜ ਆਉਂਦੇ ਰਹਿੰਦੇ ਆ ਕਮੈਂਟ ਕਰਕੇ ਪੁੱਛਦੇ ਰਹਿੰਦੇ ਕਿ ਅਸੀਂ ਵੀ ਜਾਣਾ ਚਾਹੁੰਦੇ ਹਾਂ ਗੁਰਧਾਮਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ਤਾਂ ਉਹ ਤੁਸੀਂ ਉਹਨਾਂ ਨੂੰ ਪਾਸਪੋਰਟ ਦੇ ਸਕਦੇ ਜਦੋਂ ਕੋਈ ਵੀ ਗੁਰਪੁਰਬ ਹੋਏਗਾ ਜਿੱਦਾਂ ਹੁਣ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਇਸ ਤੋਂ ਬਾਅਦ ਹੁਣ ਮੈਨੂੰ ਲੱਗਦਾ ਵਿਸਾਖੀ ਤੇ ਜਾਣਗੇ ਤਾਂ ਉਹਦੇ ਲਈ ਤੁਹਾਨੂੰ ਜਨਵਰੀ ਫਰਵਰੀ ਦੇ ਵਿੱਚ ਪਾਸਪੋਰਟ ਆਪਣੇ ਦੇਣੇ ਪੈਣਗੇ ਹਾਂਜੀ ਉਦੋਂ ਬਾਅਦ ਫਿਰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਆਉਂਦੀ ਜੂਨ ਦੇ ਵਿੱਚ 1-2 ਦਿਹਾੜੇ ਆਉਂਦੇ ਆ ਜਦੋਂ ਵੀਜ਼ਾ ਦਿਹਾੜਾ ਵੀ ਆਉਂਦਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਹਾਂਜੀ ਤੇ ਹੋਰ ਵੀ ਬਹੁਤ ਸਾਰੇ ਇਦਾਂ ਹੀ ਚੱਲਦਾ ਰਹਿੰਦਾ ਪ੍ਰੋਸੈਸ ਸਾਲ ਦੇ ਵਿੱਚ 4-6 ਵਾਰੀ ਜੱਥੇ ਜਾਂਦੇ ਆ ਹਾਂਜੀ ਤੇ ਵੈਸੇ ਵੀ ਹਾਂਜੀ ਜਾਂਦੇ ਰਹਿੰਦੇ ਨੇ ਕਾਫੀ ਤੇ ਬਾਕੀ ਅਸੀਂ ਤੁਹਾਨੂੰ ਛੇਤੀ ਡੇਟ ਦੱਸਦੇ ਆ ਵੀ ਅਸੀਂ ਕਦੋਂ ਜਾਵਾਂਗੇ ਵਾਗਾ ਬਾਰਡਰ ਕ੍ਰੋਸ ਕਰਕੇ ਉਧਰ ਜਾਣਾ ਹਾਂਜੀ ਇਹ ਤਾਂ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ ਇੱਕ ਮੈਂ ਆਪਣੀ ਨਨਾਣ ਨੂੰ ਮਿਲਾਉਣਾ ਸੀ ਨਿਮਰਤ ਆ ਜਾ ਇਹ ਮੇਰੇ ਮਾਮਾ ਜੀ ਦੀ ਬੇਟੀ ਹੈ ਮੇਰੀ ਛੋਟੀ ਜੀ ਨਨਾਣ ਸਤਿ ਸ਼੍ਰੀ ਅਕਾਲ ਬੋਲੋ ਸਤਿ ਸ਼੍ਰੀ ਅਕਾਲ ਇਹਨੇ ਕਿਹਾ ਸੀਗਾ ਕਿ ਮੈਂ ਤੁਹਾਡੇ ਸਬਸਕ੍ਰਾਈਬਰਸ ਨੂੰ ਮਿਲਣਾ ਆ ਇੱਧਰ ਖੜੋ ਇੱਥੇ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਕਿੱਥੋਂ ਆਈ ਆ ਪਹਿਲਾਂ ਹਾਂ ਕਿੱਥੋਂ ਆ ਪਹਿਲਾਂ ਦੱਸੋ ਮੈਂ ਯੂਕੇ ਤੋਂ ਆਈ ਆ ਯੂਕੇ ਤੋਂ ਆਈ ਆ ਠੀਕ ਆ ਕਿਹੜੀ ਕਲਾਸ 'ਚ ਪੜ੍ਹਦੇ ਵੀ ਦੱਸਦੇ ਮੈਂ ਸਰਜ 'ਚ ਪੜ੍ਹਦੀ ਆ ਪੰਜਾਬ ਸੋਹਣਾ ਲੱਗਿਆ ਹਾਂਜੀ ਦਿਲ ਕਰਦਾ ਜਾਣ ਹੁਣ ਇੱਥੋਂ ਨਹੀਂ ਇੱਥੇ ਰਹਿਣਾ ਇਹ ਸਾਲ ਕਦੀ ਸੀਗੀ ਜਦੋਂ UK ਚਲੇ ਗਈ ਸੀਗੀ ਤੇ ਹੁਣ ਇਹਨੂੰ ਥੋੜਾ ਜਿਹਾ ਵਿਚਾਰੇ ਦੇ ਨੱਕ ਜ਼ੁਕਾਮ ਹੋ ਗਿਆ ਥੋੜਾ ਜਿਹਾ ਮੌਸਮ ਐਵੇਂ ਦਾ ਨਾ ਥੋੜਾ ਐਵੇਂ ਦਾ ਆ ਹਾਂਜੀ ਤੇ ਹੋ ਜਾਂਦਾ ਆ ਤੇ ਇਹਨੇ ਕਿਹਾ ਸੀਗਾ ਕਿ ਮੈਨੂੰ ਜ਼ਰੂਰ ਆਪਣੀ ਵੀਡੀਓ 'ਚ ਲੈਣਾ ਆ ਤੇ ਮੈਂ ਕਿਹਾ ਕੋਈ ਗੱਲ ਨਹੀਂ ਆਪਾਂ ਇੰਟਰੋਡਿਊਸ ਕਰਾ ਦਿੰਦੇ ਹਾਂ ਕਹਿ ਸੀ ਕਿ ਮੈਂ ਤੁਹਾਡੇ ਸਬਸਕ੍ਰਾਈਬਰਸ ਨੂੰ ਮਿਲਣਾ ਚਾਹੁੰਦੀ ਹਾਂ ਤੇ ਠੀਕ ਹੈ ਬਸ ਹੋਰ ਕੁਛ ਕਹਿਣਾ ਦਿਨੀ ਠੀਕ ਆ ਚੱਲ ਹੁਣ ਤੈਨੂੰ ਸਾਰਿਆਂ ਨੇ ਵੇਖ ਲਿਆ ਵਾ ਹਾਂਜੀ ਚੱਲ ਚਲੋ ਪਹੁੰਚ ਜਾ ਉਧਰ ਵੀਰ ਇਹਨੂੰ ਸਹੀ ਕਰ ਦੋ ਕੋਈ ਗੱਲ ਨਹੀਂ ਖੜੀ ਰਹਿਣ ਦੋ ਠੀਕ ਹੈ ਖੜੀ ਰਹਿਣ ਦੋ ਤੇ ਇਹੀ ਆਪਣੀ ਜਾਣਕਾਰੀ ਸੀ ਸਾਰੀ ਹੈ ਨਾ ਮਤਲਬ ਵੀਜ਼ੇ ਆ ਬਾਕੀ ਹੋਰ ਵੀ ਜੇ ਤੁਹਾਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੋਈ ਉਹ ਆਪਣੀਆਂ ਅਗਲੀਆਂ ਵੀਡੀਓਜ਼ 'ਚ ਆਪਾਂ ਤੁਹਾਨੂੰ ਦੇ ਦਾਂਗੇ ਤੁਸੀਂ ਜਿਵੇਂ ਕਮੈਂਟ ਕਰਕੇ ਵੀ ਪੁੱਛ ਲੈਂਦੇ ਹੋ ਫੇਸਬੁੱਕ ਜਾਂ ਇੰਸਟਾਗ੍ਰਾਮ ਤੇ ਵੀ ਜਿੰਨੇ ਮੈਸੇਜ ਆਉਂਦੇ ਅਸੀਂ ਕੋਸ਼ਿਸ਼ ਕਰਦੇ ਹੁੰਦੇ ਵੱਧ ਤੋਂ ਵੱਧ ਸਾਰਿਆਂ ਨੂੰ ਅਸੀਂ ਰਿਪਲਾਈ ਕਰੀਏ ਵੀ ਜਿਹੜਾ ਵੀ ਬੰਦਾ ਜਾਣਕਾਰੀ ਲੈਣ ਲਈ ਸਾਨੂੰ ਮੈਸੇਜ ਭੇਜਦਾ ਤੇ ਤੁਸੀਂ ਬੇਝਿਜਕ ਜਿਵੇਂ ਮਰਜ਼ੀ ਕਮੈਂਟ ਕਰਕੇ ਜਾਂ ਮੈਸੇਜ ਕਰਕੇ ਸਾਡੇ ਤੋਂ ਜਾਣਕਾਰੀ ਕਿਸੇ ਵੀ ਤਰ੍ਹਾਂ ਦੀ ਲੈ ਸਕਦੇ ਹਾਂ ਤੇ ਬਾਕੀ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਿਓ ਤੇ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਵੀ ਸਾਂਝਾ ਕਰ ਦਿਓ ਤੇ ਟੂਰ ਆਪਣਾ ਸ਼ੁਰੂ ਹੋ ਹੀ ਜਾਣਾ ਕੁਛ ਦਿਨਾਂ ਦੇ ਵਿੱਚ ਹੀ ਤੇ ਲੈਂਦੇ ਵਾਲੇ ਸੱਜਣੋ ਤੁਸੀਂ ਵੀ ਤਿਆਰ ਰਹੋ ਤੁਸੀਂ ਵੀ ਸਾਨੂੰ ਮਿਲ ਸਕਦੇ ਹੋ ਜਿਹੜੇ ਜਿਹੜੇ ਸ਼ਹਿਰਾਂ 'ਚ ਅਸੀਂ ਆਵਾਂਗੇ ਤੇ ਬਸ ਬਸ ਹਾਂਜੀ ਕਿਉਂਕਿ ਪਿਛਲੀ ਵਾਰ ਬਹੁਤ ਘੱਟ ਸਮਾਂ ਸੀਗਾ ਪਰ ਫਿਰ ਵੀ ਅਸੀਂ ਕੋਸ਼ਿਸ਼ ਕੀਤੀ ਸੀ ਕਿ ਜਿੰਨਾ ਸਾਡੇ ਕੋਲ ਘੁੰਮ ਹੋ ਸਕਦਾ ਅਸੀਂ ਘੁੰਮੀਏ ਤੇ ਗੁਰਧਾਮ ਜਿੰਨੇ ਵੀ ਸਾਡੇ ਉੱਥੇ ਗੁਰੂ ਘਰ ਰਹਿ ਗਏ ਨੇ ਆਪਾਂ ਹਮੇਸ਼ਾ ਅਰਦਾਸ ਕਰਦੇ ਹਾਂ ਵਿਛੜੇ ਗੁਰਧਾਮਾਂ ਦੇ ਦਰਸ਼ਨ ਦਿਦਾਰਿਆਂ ਦੀ ਤੇ ਦੁਬਾਰਾ ਫਿਰ ਮੌਕਾ ਮਿਲਿਆ ਮੈਂ ਦੂਸਰੀ ਵਾਰ ਜਾ ਰਹੀ ਹਾਂ ਤੇ ਤੀਜੀ ਵਾਰ ਮੌਕਾ ਮਿਲਿਆ ਨਾ ਤੇ ਕਰਤਾਰਪੁਰ ਸਾਹਿਬ ਆਪਾਂ ਵੱਖ ਉਹ ਜਿਹੜੇ ਜਾ ਹੀ ਚੁੱਕੇ ਹਾਂ ਤੇ ਚਲੋ ਹੁਣ ਆਪਾਂ ਇਸ ਵੀਡੀਓ ਨੂੰ ਕਰਦੇ ਹਾਂ ਇੱਥੇ ਖਤਮ ਤੇ ਨਵੀਂ ਵੀਡੀਓ 'ਚ ਜਲਦੀ ਜਾਣਕਾਰੀ ਦਿੰਦੇ ਹਾਂ ਕਿਹੜੀ ਤਰੀਕ ਨੂੰ ਜਾ ਰਹੇ ਹਾਂ ਤੇ ਜਲਦੀ ਫਿਰ ਆਪਾਂ ਨੂੰ ਉੱਧਰ ਘੁਮਾਉਂਦੇ ਹਾਂ ਨਾਲੇ ਗੁਰਧਾਮ ਦਰਸ਼ਨ ਕਰਾਉਂਦੇ ਹਾਂ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਕੀਪ ਵਾਚਿੰਗ ਵਾਕ ਵਿਦ ਟਰਨਾ ਬਾਏ ਬਾਏ ਕਰ ਦਿਓ ਬਾਏ।